ਅੱਜ ਦੇ ਦਿਨ ਹੀ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀਗਾ ਤੇ ਤੁਸੀਂ ਸਵੇਰੇ ਸਵੇਰੇ ਸਮਾਗਮ ਤੇ ਆਇਓ ਕੱਲ ਅਸੀਂ ਗਰੁੱਪ ਦੀ ਮੀਟਿੰਗ ਕੀਤੀ ਸੀ ਕੋਵਿਲਰ ਸਾਈਕਲ ਗਰੁੱਪਾ ਸਾਡਾ ਮਾਨਸਾ ਦਾ ਬਣਿਆ ਹੋਇਆ ਇਹਦੇ ਕਿ 100 ਦੇ ਕਰੀਬ ਮੈਂਬਰ ਨੇ ਅਸੀਂ ਵੈਸੇ ਤਾਂ ਰਾਈਡ ਕਰਦੇ ਰਹੇ ਹਾਂ ਡੇਲੀ 40 50 ਕਿਲੋਮੀਟਰ ਅਸੀਂ ਡੇਲੀ ਕਰਦੇ ਸਾਈਕਲਿੰਗ ਸਵੇਰ ਸੁਬਾ ਤੇ ਅੱਜ ਕਿਉਂਕਿ ਸਿੱਧੂ ਮੂਸੇਵਾਲੇ ਵਾਲਿਆਂ ਦੀ ਵਰਸੀ ਸੀਗੀ ਉਹਨਾਂ ਨੂੰ ਸਾਲ ਹੋ ਗਿਆ ਅਸੀਂ ਗਰੁੱਪ ਦੇ ਵਿੱਚ ਕੱਲ ਮੀਟਿੰਗ ਕੀਤੀ ਵੀ ਆਪਾਂ ਕੱਲ ਨੂੰ ਸਵੇਰ ਦੀ ਰਾਈਡ ਹੈ ਜਿਹੜੀ ਉਹ ਸਿੱਧੂ ਮੂਸੇਵਾਲੇ ਦੀ ਸਮਾਗਮ ਤੇ ਜਾਵਾਂਗੇ ਅਸੀਂ ਥੋੜਾ ਜਿਹਾ ਲ ਪਰ ਸਾਡੇ ਸਾਡੇ ਮੈਂਬਰ 20 ਦੇ ਕਰੀਬ ਮੈਂਬਰ ਪਹਿਲਾਂ ਆ ਕੇ ਚਲੇ ਗਏ ਹੁਣ ਅਸੀਂ ਤਿੰਨ ਮੈਂਬਰ ਰਹਿ ਗਏ ਸੀ ਅਸੀਂ ਬਾਅਦ ਚ ਆਏ ਆ ਤੇ ਅਸੀਂ ਇਹ ਹੀ ਚਾਹੁੰਦੇ ਆ ਵੀ ਇਦਾਂ ਦੀਆਂ ਜਿਹੜੀਆਂ ਸ਼ਖਸੀਤਾਂ ਇਹਨਾਂ ਨੂੰ ਅਸੀਂ ਯਾਦ ਕਰਦੇ ਰਹੀਏ ਇਹਨਾਂ ਨੂੰ ਕਦੇ ਨਾ ਭੁਲਾਇਆ ਜਾਵੇ ਅ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਅਸੀਂ ਲੋਕਲ ਮਾਨਸਾ ਦੇ ਆ ਤੇ ਅਸੀਂ ਡੇਲੀ ਤਕਰੀਬਨ 40 50 ਕਿਲੋਮੀਟਰ ਦੇ ਕਰੀਬ ਅਸੀਂ ਸਾਈਕਲਿੰਗ ਕਰਦੇ ਆ ਤੇ ਤੁਸੀਂ ਮਾਨਸਾ ਦੇ ਰਹਿਣ ਵਾਲੇ ਹੋ ਤੇ ਕਦੇ ਸਿੱਧਮੂਸ ਵਾਲਿਆਂ ਨਾਲ ਮੁਲਾਕਾਤ ਹੋਈ ਸੀ ਕਿ ਕਦੇ ਮਿਲਿਓ हां बिल्कुल हुई सी मुलाकात ਸਾਡੇ ਦੁਕਾਨਾਂ ਦੇ ਉੱਤੇ ਪਰ ਵੀ ਉਹ ਆ ਕੇ ਗਏ ਨੇ ਕਿਉਂਕਿ ਜਦੋਂ ਇਲੈਕਸ਼ਨ ਲੜ ਰਹੇ ਸੀਗੇ ਉਸ ਟਾਈਮ ਸਾਡੀ ਪਹਿਲੀ ਵਾਰੀ ਮੁਲਾਕਾਤ ਹੋਈ ਸੀ ਉਸ ਤੋਂ ਬਾਅਦ ਅਸੀਂ ਕਈ ਵਾਰ ਉਹਨਾਂ ਨੂੰ ਵੈਸੇ ਵੀ ਰੁਟੀਨ ਦੇ ਵਿੱਚ ਵੀ ਮਿਲੇ ਆ ਤੇ ਹਾਂ ਬਹੁਤ ਵਧੀਆ ਬਹੁਤ ਨੇਚਰ ਵਧੀਆ ਸੀ ਉਹਨਾਂ ਦੀ ਬਹੁਤ ਵਧੀਆ ਨੇਚਰ ਦੇ ਬੰਦੇ ਸੀ ਤੇ ਇੰਟਰਨੈਸ਼ਨਲ ਲੈਵਲ ਦੇ ਸਟਾਰ ਸੀਗੇ ਉਹਨਾਂ ਨੂੰ ਤਾਂ ਕੌਣ ਭੁੱਲਿਆ ਹਾਂਜੀ ਹਾਂ ਬਹੁਤ ਮਾਨਸਾ ਦਾ ਨਾਮ ਦੁਨੀਆ ਭਰ ਦੇ ਵਿੱਚ ਚਮਕਦਾ ਹੈ ਜਿੰਨੂੰ ਪੰਜਾਬ ਦੇ ਵਿੱਚ ਵੀ ਬਹੁਤ ਘੱਟ ਲੋਕ ਜਾਣਦੇ ਸੀ ਪਿੰਡ ਮੂਸਾ ਅੱਜ ਵਿਦੇਸ਼ਾਂ ਦੇ ਵਿੱਚ ਵੀ ਨਾਮ ਰੋਸ਼ਨ ਹੈ ਵਿਦੇਸ਼ਾਂ ਤੋਂ ਵੀ ਲੋਕ ਇੱਥੇ ਆਉਂਦੇ ਆ ਕਿਵੇਂ ਦੇਖਦੇ ਹੋ ਸਾਨੂੰ ਬਹੁਤ ਗਰਮ ਮਹਿਸੂਸ ਹੁੰਦਾ ਬਲਕਿ ਸਾਡੇ ਜਿਹੜੇ ਰਿਸ਼ਤੇਦਾਰ ਨੇ ਦੂਰ ਦੂਰ ਰਹਿੰਦੇ ਨੇ ਉਹ ਵੀ ਉਹਨਾਂ ਨੇ ਸਾਨੂੰ ਫੋਨ ਕਾਲਸ ਆਉਂਦੇ ਨੇ कि ਸਾਨੂੰ ਸੁੱਧੇ ਸੁੱਧੂ ਮੁੱਸੇ ਵਾਲਿਆਂ ਦੀ ਸਮਾਧ ਤੇ ਲੈ ਕੇ ਜਾਓ ਸਾਨੂੰ ਉਹਨਾਂ ਦੇ ਘਰਦਿਆਂ ਨੂੰ ਮਲਾ ਕੇ ਲੈ ਕੇ ਜਾਓ ਬਹੁਤ ਮਨ ਖੁਸ਼ ਹੁੰਦਾ ਸਾਡੇ ਸਾਈਕਲਿਸਟ ਵੀ ਨੇ ਕਈ ਮੈਰਿਟ ਤੋਂ ਮੈਰਿਟ ਤੋਂ ਸਾਈਕਲ ਤੇ ਆਏ ਨੇ ਇੱਥੇ ਬੰਬੇ ਤੋਂ ਸਾਈਕਲ ਤੇ ਆਏ ਨੇ ਮਤਲਬ ਸਾਈਕਲ ਜਿਹੜੇ ਸਾਡੇ ਸਾਈਕਲ ਗਰੁੱਪ ਨੇ ਪੂਰੇ ਆਲ ਇੰਡੀਆ ਦੇ ਵਿੱਚ ਉਹ ਵੀ ਇੱਥੇ ਆ ਕੇ ਮਤਲਬ ਸਮਾਧ ਤੇ ਆ ਕੇ ਇਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਨੇ ਅਸੀਂ ਵੀ ਅੱਜ ਸਿੱਧੂ ਮੁੱਸੇ ਵਾਲਿਆਂ ਨੂੰ ਉਹਨਾਂ ਦੀ ਪਹਿਲੀ ਵਰਸੀ ਦੇ ਉੱਤੇ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਤੇ ਪ੍ਰਮਾਤਮਾ ਉਹਨਾਂ ਨੂੰ ਆਪਦੇ ਚਰਨਾਂ ਵਿੱਚ ਨਿਵਾਸ ਦੇਵੇ ਤੁਸੀਂ ਅੱਜ ਪਹੁੰਚੇ ਤੁਸੀਂ ਦੱਸਿਆ ਕਿ ਤੁਹਾਡੀ ਜਿਹੜਾ ਗਰੁੱਪ ਹੈ ਉਹਦੇ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਉਸ ਤੋਂ ਬਾਅਦ ਅੱਜ ਤੁਸੀਂ ਪਹੁੰਚੇ ਤੁਹਾਡੇ ਹੋਰ ਮੈਂਬਰ ਵੀ ਜਿਹੜੇ ਨੇ ਇੱਥੇ ਸਮਾਤ ਪਹੁੰਚੇ ਸੀ ਕੋਈ ਹੋਰ ਪ੍ਰੋਗਰਾਮ ਵੀ ਰੱਖਿਆ ਗਿਆ ਤੁਹਾਡੇ ਗਰੁੱਪ ਦੇ ਵੱਲੋਂ ਨਹੀਂ ਫਿਲਹਾਲ ਇਸ ਵਾਰ ਤੋਂ ਨਹੀਂ ਰੱਖਿਆ ਗਿਆ ਪਰ ਜਿਸ ਜਿਸ ਦਿਨ ਇਹਨਾਂ ਦੀ ਭੋਗ ਸੀਗਾ ਉਸ ਦਿਨ ਅਸੀਂ ਸ਼ਵੀਲਾ ਇੱਥੇ ਵਗੈਰਾ ਮਾਂਸਾ ਕੈਂਚੀਆਂ ਤਾਂ ਲਗਾਈਆਂ ਸੀਗੀਆਂ ਤੇ ਸਾਡ ਅਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਸ਼ਰਧਾਂਜਲੀ ਦੇ ਲਈ ਇੱਕ ਬਹੁਤ ਅੱਛਾ ਪ੍ਰੋਗਰਾਮ ਕਰਨ ਨੂੰ ਜਾ ਰਹੇ ਹਾਂ ਸ਼ਾਮ ਨੂੰ 1 ਮਾਰਚ ਵੀ ਕੈਂਡਲ ਮਾਰਚ ਕੱਢਿਆ ਜਾਏਗਾ ਪਰਿਵਾਰ ਦੇ ਬੋਲੋ ਕਿ ਤੁਹਾਡਾ ਗਰੁੱਪ ਵੀ ਉਸ ਦੇ ਵਿੱਚ ਸ਼ਾਮਲ ਹੋਊਗਾ ਹਾਂ ਅਸੀਂ ਗਰੁੱਪ ਨੂੰ ਇਨਫੋਰਮ ਕਰਾਂਗੇ ਸਾਰਿਆਂ ਨੂੰ ਸਾਰੇ ਮੈਂਬਰਾਂ ਨੂੰ ਬੇਨਤੀ ਵੀ ਕਰਾਂਗੇ ਪਹੁੰਚੋ ਤੇ ਉਮੀਦ ਹੈ ਕਿ ਸਾਰੇ ਬੰਦੇ ਉਹ ਕੈਂਡਲ ਮਾਰਚ ਵਿੱਚ ਪਹੁੰਚਣਗੇ 1 ਸਾਲ ਹੋ ਗਿਆ ਅੱਜ ਪੂਰਾ ਅੱਜ ਦੇ ਦਿਨ ਸ਼ਾਮੀ 5:00 ਦੇ ਕਰੀਬ ਕਤਲ ਕਰ ਦਿੱਤਾ ਗਿਆ ਸੀਗਾ ਪਰ ਹਾਲੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤੁਹਾਨੂੰ ਵੀ ਲਗਾਤਾਰ ਤੁਸੀਂ ਵੀ ਦੇਖ ਰਹੇ ਹੋ ਨਾ ਕਿ ਪਰਿਵਾਰ ਲਗਾਤਾਰ ਇਨਸਾਫ ਮੰਗ ਰਿਹਾ ਕੈਂਡਲ ਮਾਰਚ ਤੱਕ ਡੇ ਗਏ ਬਹੁਤ ਕੁਝ ਕੀਤਾ ਗਿਆ ਸਰਕਾਰਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁਝ ਨਹੀਂ ਹੋਇਆ ਬਿਲਕੁਲ ਅਸੀਂ ਚਾਹੁੰਦੇ ਹਾਂ ਵੀ ਸਿੱਧੂ ਮੂਸੇਵਾਲਾ ਨੂੰ ਸਾਹ ਮਿਲੇ ਕਿਉਂਕਿ ਐਦਾਂ ਦੀਆਂ ਸ਼ਖਸੀਅਤਾਂ ਜਿਹੜੀਆਂ ਕਿ ਵਰਡ ਲੈਵਲ ਦੇ ਉੱਤੇ ਫੇਮਸ ਸੀਗੀਆਂ ਜੇ ਇਹ ਇਹ ਜਿਹੇ ਬੰਦੇ ਦਾ ਇਸ ਤਰ੍ਹਾਂ ਕਤਲ ਹੋ ਜਾਏਗਾ ਫਿਰ ਸਾਡੇ ਵਰਗੇ ਆਮ ਪਬਲਿਕ ਦਾ ਕੀ ਬੁੱਟੇ ਜਾਊਗਾ ਇਸ ਲਈ ਜਰੂਰ ਅਸੀਂ ਚਾਹੁੰਦੇ ਆ ਵੀ ਇਹਨਾਂ ਨੂੰ ਇਨਸਾਫ ਮਿਲੇ ਤੇ ਸਰਕਾਰ ਇਸ ਵੱਲ ਪਹਿਲ ਕਦਮੀ ਕਰੇ ਬਹੁਤ ਸੋ ਐਆਈ ਕਮਾਂਸਾ ਦਾ ਗਰੁੱਪ ਹੈ ਅੱਜ ਕਹਿੰਦੇ ਇਹਨਾਂ ਨੇ ਦੱਸਿਆ ਕਿ ਜਿਵੇਂ ਇਹ ਹਰ ਰੋਜ਼ ਸਾਈਕਲਿੰਗ ਕਰਦੇ ਨੇ 40 ਤੋਂ 50 ਕਿਲੋਮੀਟਰ ਪਰ ਅੱਜ ਸਪੈਸ਼ਲੀ ਸਿੱਧੂ ਮਸੂਏ ਵਾਲੇ ਦੀ ਸਮਾਤ ਤੇ ਪਹੁੰਚੇ ਨੇ ਕਿਉਂਕਿ ਅੱਜ ਉਹਨਾਂ ਦੀ ਵਰਸੀ ਹੈ ਅੱਜ ਦੇ ਦਿਨੀ ਉਹਨਾਂ ਦਾ ਕਤਲ ਹੋਇਆ ਸੀਗਾ ਸਿੱਧੂ ਮਸੂਏ ਵਾਲੇ ਦਾ ਤੇ ਇਹਨਾਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੇ ਵੱਲੋਂ ਵੀ ਕੁਝ ਵੱਖਰੇ ਤਰੀਕੇ ਦੇ ਨਾਲ ਸ਼ਰਧਾਂਜਲੀ ਦੇੜੀ ਆ ਦਿੱਤੀ ਜਾਵੇਗੀ ਸਕੈਨਿਸ ਪੰਜਾਬ ਦੇ ਲਈ ਕੈਮਰਾਮੈਨ ਪਰਮੇਂਦਰ ਨਾਲ ਪਿੰਡ ਮੋਸਾ